ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਰੋਗਿਆ ਯੋਜਨਾ ਨੇ 6 ਸਾਲ ਪੂਰੇ ਕਰ ਲਏ ਨੇ ਨਰਿੰਦਰ ਮੋਦੀ ਨੇ 6 ਸਾਲ ਪਹਿਲਾਂ ਲੋਕਾਂ ਦੀ ਸਿਹਤ ਦੀ ਚਿੰਤਾ ਕਰਦਿਆਂ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਨੂੰ ਸ਼ੁਰੂ ਕਰਕੇ ਗਰੀਬਾਂ ਨੂੰ ਸਿਹਤ ਸੰਬੰਧੀ ਮਾਲੀ ਬੋਝ ਤੋਂ ਮੁਕਤ ਕੀਤਾ ਸੀ ਹੁਣ ਇਸ ਵਿੱਚ ਹੋਰ ਵਿਸਤਾਰ ਕਰਦਿਆਂ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਨੂੰ 5 ਲੱਖ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਪੇਸ਼ੇ ਇੱਕ ਰਿਪੋਰਟ ਗਰੀਬ ਆਦਮੀ ਪੈਸੇ ਦੀ ਕਮੀ ਕਾਰਨ ਬਿਮਾਰੀ ਦੇ ਇਲਾਜ ਲਈ ਵਾਂਝਾ ਨਾ ਰਹੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਸਤੰਬਰ 2018 ਨੂੰ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੀ ਸ਼ੁਰੂਆਤ ਕੀਤੀ ਇਸ ਯੋਜਨਾ ਤਹਿਤ 12 ਕਰੋੜ ਤੋਂ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਹਰ ਸਾਲ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲਣ ਦਾ ਪ੍ਰਬੰਧ ਹੈ ਇਸ ਯੋਜਨਾ ਦੇ ਦਾਇਰੇ ਵਿੱਚ ਕਰੀਬ 55 ਕਰੋੜ ਲੋਕ ਆਉਂਦੇ ਨੇ ਥੋੜੇ ਸਮੇਂ ਪਹਿਲਾਂ ਹੀ ਕੈਬਨਟ ਨੇ ਇਸ ਯੋਜਨਾ 'ਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਦੀ ਮਨਜ਼ੂਰੀ ਦਿੱਤੀ ਹੈ ਸਭੀ ਬਜ਼ੁਰਗੋ ਕੋ ਇਰਿਸਪੈਕਟਿਵ ਆਫ ਐਨੀ ਇਨਕਮ ਗਰੁੱਪ ਆਲ ਹਵ ਬੀਨ ਇਨਕਲੂਡਡ ਇਨ ਆਯੁਸ਼ਮਾਨ ਭਾਰਤ ਅਬੋਵ ਦੀ ਏਜ ਆਫ 70 ਔਰ ਇਸਕੋ ਹਮ ਅਕਤੂਬਰ ਮਹੀਨੇ ਮੇ ਹਮ ਇਸਕੋ ਲਾਂਚ ਕਰ ਦੇਗੇ ਲੰਘੇ 6 ਸਾਲਾਂ ਵਿੱਚ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਹੁਣ ਤੱਕ 37 ਕਰੋੜ ਤੋਂ ਵੱਧ ਲਾਭਪਾਤਰੀ ਲੋਕਾਂ ਦੇ ਆਯੁਸ਼ਮਾਨ ਕਾਰਡ ਬਣ ਚੁੱਕੇ ਨੇ ਯੋਜਨਾ ਵਿੱਚ 1949 ਸੇਤ ਪੈਕੇਜ ਨੇ ਜਿਨ੍ਹਾਂ ਵਿੱਚ ਸਤਾਈ ਵੱਖ-ਵੱਖ ਸਪੈਸ਼ਲ ਮੈਡੀਕਲ ਪੈਕੇਜ ਵੀ ਸ਼ਾਮਲ ਨੇ ਜਿਸ ਵਿੱਚ ਜਨਰਲ ਮੈਡੀਸਨ ਪੈਕੇਜ ਸਰਜਰੀ ਕੈਂਸਰ ਦਿਲ ਦੀ ਬਿਮਾਰੀ ਵੀ ਸ਼ਾਮਲ ਹੈ ਇਸ ਯੋਜਨਾ ਵਿੱਚ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ 15 ਦਿਨ ਤੱਕ ਜਾਂਚ ਖਾਣਾ ਆਉਣ ਜਾਣ ਦੀ ਸਹੂਲਤ ਦਿੱਤੀ ਜਾਂਦੀ ਹੈ ਇਸ ਯੋਜਨਾ ਨਾਲ ਪੂਰੇ ਦੇਸ਼ ਵਿੱਚ 29648 ਹਸਪਤਾਲ ਨੇ ਜਿਨ੍ਹਾਂ ਵਿੱਚ 13049 ਪ੍ਰਾਈਵੇਟ ਹਸਪਤਾਲ ਜੁੜੇ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਹੁਣ ਤੱਕ ਕਰੀਬ 8 ਕਰੋੜ ਗਰੀਬ ਹਸਪਤਾਲ ਵਿੱਚ ਭਰਤੀ ਹੋਏ ਜਿੰਨਾ ਮਰੀਜ਼ਾਂ ਨੂੰ ਮੁਫਤ ਇਲਾਜ ਮਿਲਿਆ ਹੈ ਇਸ ਵਿੱਚ ਕੁੱਲ 49 ਫੀਸਦੀ ਲਾਭ ਮਹਿਲਾਵਾਂ ਨੂੰ ਮਿਲਿਆ ਹੈ ਜੇਕਰ ਬਿਮਾਰੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਲਾਭ ਕੈਂਸਰ ਕਿਡਨੀ ਦਿਲ ਦੀ ਬਿਮਾਰੀ ਜਨਰਲ ਮੈਡੀਸਨ ਅਤੇ ਗੈਸਟਰੋ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਮਿਲਿਆ ਹੈ ਇਸ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਇਸ ਦੀ ਪੋਰਟਬਿਲਟੀ ਹੈ ਜਿਸ ਦਾ ਮਤਲਬ ਹੈ ਜੇਕਰ ਇੱਕ ਸੂਬੇ ਵਿੱਚ ਤੁਹਾਡਾ ਕਾਰਡ ਬਣਿਆ ਹੈ ਤਾਂ ਤੁਸੀਂ ਦੂਸਰੇ ਸੂਬੇ ਵਿੱਚ ਵੀ ਪੈਨਲ ਵਾਲੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਸਕਦੇ ਹੋ ਅੰਤਰ ਰਾਜੀ ਪੋਰਟਬਿਲਟੀ ਦੇ ਕਾਰਨ ਕਰੀਬ 12 ਲੱਖ ਲੋਕਾਂ ਨੂੰ ਇਲਾਜ ਦਾ ਲਾਭ ਮਿਲਿਆ ਹੈ ਅਤੇ ਕਰੀਬ 3100 ਕਰੋੜ ਰੁਪਏ ਸਰਕਾਰ ਦੇ ਖਰਚ ਹੋਏ ਨੇ ਆਯੁਸ਼ਮਾਨ ਭਾਰਤ ਯੋਜਨਾ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਹੈ ਨਵੀਂ ਦਿੱਲੀ ਪੱਛਮ ਬੰਗਾਲ ਅਤੇ ਉੜੀਸ਼ਾ ਵਿੱਚ ਇਹ ਸਕੀਮ ਲਾਗੂ ਨਹੀਂ ਹੈ ਇਹ ਯੋਜਨਾ ਪੂਰੀ ਤਰ੍ਹਾਂ ਨਾਲ ਕੈਸ਼ ਲੈਸ ਹੈ ਆਯੁਸ਼ਮਾਨ ਭਾਰਤ ਯੋਜਨਾ 23 ਰਾਜਾਂ ਵਿੱਚ ਟਰਸਟ ਮਾਡਲ 7 ਰਾਜਾਂ ਵਿੱਚ ਇੰਸ਼ੋਰੈਂਸ ਮਾਡਲ ਅਤੇ 3 ਰਾਜਾਂ ਵਿੱਚ ਹਾਈਬ੍ਰਿਡ ਮਾਡਲ ਵਿੱਚ ਲਾਗੂ ਹੈ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ